ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸਾਹਿਬ ਨੂੰ ਇੱਕ ਜਥਾ ਰਵਾਨਾ ਹੋਇਆ ਅਤੇ ਗੁਰਨਾਮ ਵੀ ਜਥੇ ਦੇ ਨਾਲ ਹਜ਼ੂਰ ਸਾਹਿਬ ਪਹੁੰਚ ਗਿਆ। ਪਹੁੰਚਦਿਆਂ ਉਸਨੇ ਅਰਦਾਸ ਕੀਤੀ ਕਿ ਮੇਰਾ ਕੰਮ ਕਾਜ ਚੱਲ ਪਵੇ ਤੇ ਮੇਰੇ ਦੁੱਖ ਅਤੇ ਗਰੀਬੀ ਕੱਟੀ ਜਾਵੇ। ਅਗਲੇ ਦਿਨ ਸੰਗਤ ਨਾਲ ਭਗਤ ਨਾਮਦੇਵ ਜੀ ਦੇ ਗੁਰਦੁਆਰੇ ਪਹੁੰਚਿਆ। ਉੱਥੇ ਪਤਾ ਲੱਗਾ ਕਿ ਕੋਈ ਸੰਤ ਮਹਾਂਪੁਰਸ਼ ਨਜ਼ਦੀਕ ਜੰਗਲ ਵਿੱਚ ਆਏ ਹੋਏ ਹਨ। ਸੰਗਤ ਦੇ ਨਾਲ ਉਹਨਾਂ ਦੇ ਦਰਸ਼ਨ ਲਈ ਪਹੁੰਚ ਗਿਆ। ਉੱਥੇ ਸੇਵਾਦਾਰਾਂ ਨੇ ਦੱਸਿਆ ਕਿ ਸੰਤ ਜੀ ਫਿਰ ਕਿਧਰੇ ਚਲੇ ਗਏ ਹਨ। ਗੁਰਨਾਮ ਨੇ ਕਿਹਾ, ਅਸੀਂ ਇੰਤਜ਼ਾਰ ਕਰ ਲੈਂਦੇ ਹਾਂ। ਤਾਂ ਸੇਵਾਦਾਰ ਨੇ ਕਿਹਾ ਕਿ ਸੰਤ ਜੀ 12 ਸਾਲ ਬਾਅਦ ਵਾਪਸ ਆਏ ਸਨ ਅਤੇ 3 ਦਿਨ ਇੱਥੇ ਰਹੇ। ਉਸ ਵਿੱਚ ਵੀ ਉਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਉਸ ਮਗਰੋਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਬਾਅਦ ਉਹ ਘਰ ਪਹੁੰਚ ਗਿਆ। ਘਰ ਆ ਕੇ ਉਸਨੇ 2 ਮੱਝਾਂ ਖਰੀਦ ਲਈਆਂ ਅਤੇ ਖੁਦ ਰਾਜ ਮਿਸਤਰੀ ਦਾ ਕੰਮ ਕਰਨ ਲੱਗਾ। ਉਸਦੀ ਪਤਨੀ ਨੇ ਵੀ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ। 6 ਸਾਲਾਂ ਤੱਕ ਸਭ ਵਧੀਆ ਚੱਲਦਾ ਰਿਹਾ। ਪਿਛਲੀ ਵੀਡੀਓ ਵਿੱਚ ਜੋ ਸਵਾਲ ਪੁੱਛਿਆ ਗਿਆ ਸੀ ਉਸਦਾ ਸਹੀ ਜਵਾਬ ਸੁਖਪ੍ਰੀਤ ਕੌਰ ਜੀ ਨੇ ਜਲੰਧਰ ਤੋਂ ਸਹੀ ਦਿੱਤਾ ਹੈ, ਜਿਨ੍ਹਾਂ ਨੂੰ ਚੈਨਲ ਵੱਲੋਂ ਇਨਾਮ ਭੇਟ ਕੀਤਾ ਗਿਆ ਹੈ। ਆਓ ਉਹਨਾਂ ਦੇ ਨਾਲ ਹੋਈ ਗੱਲਬਾਤ ਨੂੰ ਸੁਣਦੇ ਹਾਂ। ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਪ੍ਰੀਤ ਜੀ ਬੋਲ ਰਹੇ ਹੋ ਜਲੰਧਰ ਤੋਂ? ਹਾਂਜੀ, ਸਵਾਲ ਪੁੱਛਿਆ ਗਿਆ ਸੀਗਾ ਕੁਰਬਾਨੀ ਕਥਾ ਚੈਨਲ ਵੱਲੋਂ। ਤੁਹਾਡਾ ਜਵਾਬ ਬਿਲਕੁਲ ਸਹੀ ਸੀਗਾ, ਤੁਹਾਡਾ ਇਨਾਮ ਸਾਡੇ ਚੈਨਲ ਵੱਲੋਂ ਦਿੱਤਾ ਜਾਵੇਗਾ। ਤੁਹਾਨੂੰ ਜਿਹੜਾ ਇਨਾਮ ਆ ਤੁਹਾਡਾ ਉਹ 1 ਹਫ਼ਤੇ ਦੇ ਵਿੱਚ ਵਿੱਚ ਪਹੁੰਚ ਜਾਏਗਾ। ਤੇ ਤੁਸੀਂ ਆਪਣਾ ਐਡਰੈਸ ਸਾਡੇ ਈਮੇਲ ਤੇ ਭੇਜ ਦਿਓ ਜੀ। ਹਾਂਜੀ, ਠੀਕ ਹੈ ਜੀ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਲਈ ਸਾਰੀ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣੋ ਜੀ। ਆਓ ਹੁਣ ਵੀਡੀਓ ਨੂੰ ਅੱਗੇ ਤੋਰਦੇ ਹਾਂ। 2 ਤੋਂ ਉਸਨੇ 12 ਮੱਝਾਂ ਪਾ ਲਈਆਂ, ਨਾਲ ਹੀ ਉਸਨੇ ਆਪਣੀ ਡੈਰੀ ਵੀ ਖੋਲ ਲਈ। ਜ਼ਿੰਦਗੀ ਖੁਸ਼ਹਾਲ ਚੱਲਣ ਲੱਗੀ। ਚੰਗੀ ਕਮਾਈ ਹੋਣ ਦੇ ਕਾਰਨ ਉਸਦਾ ਘਰ ਵੀ ਪੈ ਗਿਆ। ਪਰ ਇਸ ਦੁਨੀਆ ਵਿੱਚ ਕਮਾਉਣ ਨਾਲੋਂ ਜ਼ਿਆਦਾ ਬਚਾਉਣਾ ਮੁਸ਼ਕਿਲ ਹੈ। ਕੁਝ ਸਮੇਂ ਬਾਅਦ ਉਸਦੇ ਘਰ ਵਿੱਚ ਅਜੀਬ ਘਟਨਾਵਾਂ ਹੋਣ ਲੱਗੀਆਂ। ਮੱਝਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ, ਕੰਮ ਵਿੱਚ ਘਾਟਾ ਪੈਣ ਲੱਗਾ ਤੇ ਉਸਦੇ ਦੋਨੋਂ ਬੱਚੇ ਵੀ ਡਰਦੇ ਰਹਿੰਦੇ। ਗੁਰਨਾਮ ਨੂੰ ਵੀ ਭਿਆਨਕ ਸੱਪਾਂ ਦੇ ਸੁਪਨੇ ਆਉਣ ਲੱਗੇ। ਜਦੋਂ ਤੱਕ ਗੱਲ ਸੁਪਨਿਆਂ ਤੱਕ ਸੀ ਤਾਂ ਉਸਨੂੰ ਲੱਗਾ ਕਿ ਇਹ ਮੇਰੇ ਮਨ ਦਾ ਵਹਿਮ ਹੈ। ਪਰ ਕੁਝ ਹੀ ਦਿਨ ਵਿੱਚ ਉਸਦੇ ਘਰ ਵਿੱਚ ਪ੍ਰਤੱਖ ਘਟਨਾਵਾਂ ਹੋਣ ਲੱਗ ਪਈਆਂ। ਵਾਲਾਂ ਦਾ ਕੱਟਣਾ, ਕੱਪੜਿਆਂ ਨੂੰ ਅੱਗ ਲੱਗਣੀ ਤੇ ਅਜੀਬ ਘਟਨਾਵਾਂ ਤੇ ਅਜੀਬ ਆਵਾਜ਼ਾਂ ਸੁਣਨੀਆਂ ਆਮ ਹੀ ਹੋ ਗਈਆਂ। ਉਸਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ। ਉਸਦੇ ਪਤਨੀ ਦੇ ਕਹਿਣ ਤੇ ਗੁਰਮੀਤ ਨੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਰਖਵਾ ਦਿੱਤਾ। ਕੁਝ ਦਿਨ ਲਈ ਇਹ ਸਭ ਘਟਨਾਵਾਂ ਰੁਕ ਗਈਆਂ, ਪਰ ਫਿਰ ਉਹੀ ਸਭ ਕੁਝ ਹੋਣਾ ਸ਼ੁਰੂ ਹੋ ਗਿਆ। ਉਸ ਦੀ ਪਤਨੀ ਕਿਸੇ ਬਾਬੇ ਕੋਲ ਕੋਈ ਤਵੀਤ ਲੈ ਆਈ, ਜਿਸ ਨਾਲ ਪੂਰੇ ਦਿਨ ਕੋਈ ਘਟਨਾ ਨਾ ਵਾਪਰੀ। ਪਰ ਰਾਤ ਨੂੰ 2 ਵਜੇ ਦੇ ਕਰੀਬ ਇੱਕ ਅੱਗ ਨੂੰਵਾਂ ਗੋਲਾ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਡਿੱਗਦਾ ਹੈ ਤੇ ਬੰਬ ਵਾਂਗ ਧਮਾਕਾ ਹੁੰਦਾ ਹੈ। ਉਸ ਤੋਂ ਬਾਅਦ ਡਰ ਦਾ ਮਾਹੌਲ ਇੰਨਾ ਵੱਧ ਜਾਂਦਾ ਹੈ ਕਿ ਉਹਨਾਂ ਦਾ ਛੋਟਾ ਬੱਚਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ। 10 ਦਿਨ ਦੇ ਇਲਾਜ ਤੋਂ ਬਾਅਦ ਵੀ ਉਸਨੂੰ ਕੋਈ ਫਰਕ ਨਹੀਂ ਪਿਆ। ਗੁਰਨਾਮ ਸਿੰਘ ਨੇ ਸੋਚਿਆ ਕਿ ਜਿੱਥੇ ਮੇਰਾ ਸਾਰਾ ਕਾਰੋਬਾਰ ਸ਼ੁਰੂ ਹੋਇਆ ਸੀ, ਮੈਨੂੰ ਉੱਥੋਂ ਹੀ ਇਸ ਦਾ ਇਲਾਜ ਸਮਝ ਆਵੇਗਾ। ਗੁਰਨਾਮ ਨੇ ਘਰਵਾਲੀ ਨੂੰ ਕਿਹਾ ਕਿ ਮੈਂ ਇਸ ਦਾ ਪੱਕਾ ਇਲਾਜ ਲੱਭਣ ਲਈ ਜਾ ਰਿਹਾ ਹਾਂ, ਤੂੰ ਬੱਚੇ ਦਾ ਧਿਆਨ ਰੱਖੀ। ਅਤੇ ਨਾਲ ਹੀ ਉਹ ਹਜ਼ੂਰ ਸਾਹਿਬ ਵਾਲੀ ਗੱਡੀ ਬੈਠ ਕੇ ਹਜ਼ੂਰ ਸਾਹਿਬ ਪਹੁੰਚ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਪੂਰੇ ਦੇਸ਼ ਵਿੱਚ ਲੋਕਡਾਊਨ ਲੱਗ ਗਿਆ ਹੈ। ਉਹ ਸੋਚਦਾ ਹੈ ਕਿ ਮੈਂ ਤਾਂ ਭਗਤ ਨਾਮਦੇਵ ਜੀ ਦੇ ਗੁਰਦੁਆਰੇ ਦੇ ਨਾਲ ਰਹਿੰਦੇ ਸਾਧੂ ਮਹਾਤਮਾ ਜੀ ਨੂੰ ਮਿਲਣ ਆਇਆ ਸੀ, ਹੁਣ ਮੈਂ ਕੀ ਕਰਾਂਗਾ। ਕੋਈ ਬੱਸ ਗੱਡੀ ਨਾ ਮਿਲਣ ਕਾਰਨ ਉਹ 200 ਕਿਲੋਮੀਟਰ ਦੇ ਸਫ਼ਰ ਲਈ ਪੈਦਲ ਹੀ ਰਵਾਨਾ ਹੋ ਜਾਂਦਾ ਹੈ ਤੇ ਸੋਚਦਾ ਹੈ ਕਿ ਮੈਨੂੰ ਕੁਝ ਨਾ ਕੁਝ ਰਾਸਤੇ ਵਿੱਚ ਮਿਲ ਜਾਵੇਗਾ। ਸਵੇਰ ਤੋਂ ਸ਼ਾਮ ਹੋ ਗਈ ਪਰ ਉਸ ਨੂੰ ਰਾਸਤੇ ਵਿੱਚ ਕੋਈ ਵੀ ਨਹੀਂ ਮਿਲਦਾ।
ਉੱਤੇ ਉਹ ਥੱਕ ਕੇ ਸੜਕ ਕਿਨਾਰੇ ਆਰਾਮ ਕਰਨ ਲੱਗ ਜਾਂਦਾ ਹੈ। ਜੰਗਲ ਵਾਲੇ ਪਾਸੇ ਤੋਂ ਇੱਕ ਸਿੰਘ ਆ ਕੇ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ। ਉਹ ਦੱਸਦਾ ਹੈ ਕਿ ਮੈਂ ਸੰਤ ਫਕੀਰ ਸਿੰਘ ਜੀ ਨੂੰ ਮਿਲਣ ਜਾ ਰਿਹਾ ਹਾਂ। ਤਾਂ ਸਿੰਘ ਨੇ ਦੱਸਿਆ ਕਿ ਉਹ ਅੱਜ ਕੱਲ ਇੱਧਰ ਆਏ ਹੋਏ ਨੇ ਅਤੇ ਉਹ ਸਿੰਘ ਉਸ ਨੂੰ ਸੰਤਾਂ ਦੀ ਕੁਟੀਆ ਵਿੱਚ ਲੈ ਜਾਂਦਾ ਹੈ। ਕੁਟੀਆ ਅੰਦਰ ਜਾ ਕੇ ਉਹ ਸੰਤਾਂ ਨੂੰ ਮੱਥਾ ਟੇਕ ਕੇ ਸੰਤਾਂ ਮੂਹਰੇ ਬੈਠ ਜਾਂਦਾ ਹੈ। ਸੰਤ ਉਸ ਸਮੇਂ ਸਮਾਧੀ ਵਿੱਚ ਬੈਠੇ ਸਨ। ਸੰਤ ਅਚਾਨਕ ਹੀ ਅੱਖਾਂ ਖੋਲ੍ਹ ਲੈਂਦੇ ਹਨ ਅਤੇ ਉਸ ਨੂੰ ਕਹਿੰਦੇ ਹਨ, ਤੂੰ ਆਪਣੇ ਘਰ ਚਲਿਆ ਜਾ, ਸਭ ਠੀਕ ਹੋ ਜਾਵੇਗਾ। ਉਸ ਨੇ ਸੰਤਾਂ ਨੂੰ ਕਿਹਾ, ਮੇਰਾ ਬੱਚਾ। ਸੰਤਾਂ ਨੇ ਉੱਤਰ ਦਿੱਤਾ, ਸਮੇਂ ਦੇ ਗੇੜ ਵਿੱਚ ਸਭ ਕੁਝ ਦਾ ਸੰਤੁਲਨ ਰੱਖਣਾ ਪੈਂਦਾ ਹੈ, ਉਹ ਨਹੀਂ ਤਾਂ ਫਿਰ ਕੌਣ। ਤਾਂ ਗੁਰਨਾਮ ਨੇ ਕਿਹਾ, ਤੁਹਾਡੇ ਨਾਲੋਂ ਜ਼ਿਆਦਾ ਸਹੀ ਕੌਣ ਜਾਣ ਸਕਦਾ ਹੈ, ਤੁਸੀਂ ਜਿਵੇਂ ਕਰੋਗੇ ਸਾਨੂੰ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਸੰਤ ਅੱਖਾਂ ਬੰਦ ਕਰ ਲੈਂਦੇ ਹਨ। ਗੁਰਨਾਮ ਕੁਟੀਆਂ ਤੋਂ ਬਾਹਰ ਆ ਜਾਂਦਾ ਹੈ। ਬਾਹਰ ਉਸ ਨੂੰ ਇੱਕ ਸੇਵਾਦਾਰ ਮਿਲਦਾ ਹੈ। ਉਹ ਸੇਵਾਦਾਰ ਗੁਰਨਾਮ ਸਿੰਘ ਨੂੰ ਕਹਿੰਦਾ ਹੈ, ਜਦੋਂ ਤੱਕ ਤੁਹਾਡਾ ਵਾਪਸ ਜਾਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ, ਉਦੋਂ ਤੱਕ ਤੁਸੀਂ ਇੱਥੇ ਰਹਿ ਕੇ ਸੇਵਾ ਕਰ ਸਕਦੇ ਹੋ। ਅਗਲੇ ਦਿਨ ਗੁਰਨਾਮ ਦੀ ਪਤਨੀ ਦਾ ਗੁਰਨਾਮ ਨੂੰ ਫੋਨ ਆਉਂਦਾ ਹੈ ਅਤੇ ਉਹ ਦੱਸਦੀ ਹੈ ਕਿ ਉਹਨਾਂ ਦਾ ਪੁੱਤਰ ਹਰਪ੍ਰੀਤ ਬਿਲਕੁਲ ਠੀਕ ਹੋ ਚੁੱਕਾ ਹੈ ਅਤੇ ਉਹ ਕਹਿੰਦੀ ਹੈ ਕਿ ਤੁਸੀਂ ਜਲਦੀ ਘਰ ਆ ਜਾਓ, ਤੁਸੀਂ ਜਲਦੀ ਘਰ ਵਾਪਸ ਆ ਜਾਓ। ਤਾਂ ਗੁਰਨਾਮ ਨੇ ਕਿਹਾ ਕਿ ਮੈਂ ਜਲਦੀ ਹੀ ਆਵਾਂਗਾ। ਇਹ ਕਹਿ ਕੇ ਗੁਰਨਾਮ ਫੋਨ ਕੱਟ ਦਿੰਦਾ ਹੈ। ਫਿਰ ਉਹ ਸੰਤਾਂ ਦੀ ਕੁਟੀਆ ਦੇ ਕੋਲ ਰਹਿ ਕੇ ਉੱਥੇ ਸੇਵਾ ਨਿਭਾਉਂਦਾ ਹੈ ਅਤੇ ਤਿੰਨ ਦਿਨ ਬਾਅਦ ਉਹ ਸੰਤ ਚੜ੍ਹਾਈ ਕਰ ਜਾਂਦੇ ਹਨ। ਹੁਣ ਗੁਰਨਾਮ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਉਸਨੂੰ ਸਮਝ ਆ ਚੁੱਕਾ ਸੀ ਕਿ ਇਹ ਸਾਰੀ ਬਖਸ਼ਿਸ਼ ਸੰਤਾਂ ਦੀ ਹੈ। ਫਿਰ ਉਸਨੇ ਸੰਤਾਂ ਦੇ ਕੁਟੀਆ ਕੋਲ 3 ਮਹੀਨੇ ਰਹਿ ਕੇ ਸੇਵਾ ਨਿਭਾਈ ਅਤੇ ਘਰ ਵਾਪਸ ਪਰਤ ਆਇਆ। ਹੁਣ ਗੁਰਨਾਮ ਸਿੰਘ ਅਤੇ ਉਹਨਾਂ ਦਾ ਪਰਿਵਾਰ ਸੁਖੀ ਸਾਂਦੀ ਰਹਿੰਦੇ ਹਨ ਅਤੇ ਸਾਰਾ ਹੀ ਪਰਿਵਾਰ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਬਣ ਚੁੱਕਾ ਹੈ। ਅੱਜ ਦਾ ਸਵਾਲ ਇਹ ਹੈ ਜੀ, ਗੁਰਨਾਮ ਸਿੰਘ ਜਿਹੜੇ ਸੰਤਾਂ ਨੂੰ ਹਜ਼ੂਰ ਸਾਹਿਬ ਵਿੱਚ ਮਿਲਣ ਗਿਆ ਸੀ, ਉਹਨਾਂ ਸੰਤਾਂ ਦਾ ਨਾਮ ਕੀ ਸੀ? ਸਹੀ ਜਵਾਬ ਦੇਣ ਵਾਲੇ ਨੂੰ ਚੈਨਲ ਵੱਲੋਂ ਇਨਾਮ ਭੇਟ ਕੀਤਾ ਜਾਵੇਗਾ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕੀਤਾ ਜਾਵੇ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਗੁਰਨਾਮ ਸਿੰਘ ਜਿਹੜੇ ਸੰਤਾਂ ਨੂੰ ਹਜ਼ੂਰ ਸਾਹਿਬ ਵਿੱਚ ਮਿਲਣ ਗਿਆ ਸੀ, ਉਹਨਾਂ ਸੰਤਾਂ ਦਾ ਨਾਮ ਕੀ ਸੀ? ਸਹੀ ਜਵਾਬ ਦੇਣ ਵਾਲੇ ਨੂੰ ਚੈਨਲ ਵੱਲੋਂ ਇਨਾਮ ਭੇਟ ਕੀਤਾ ਜਾਵੇਗਾ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕੀਤਾ ਜਾਵੇ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।